ਡੇਰਾ ਸੱਚਾ ਸੌਦਾ ਸਰਸਾ ਇੱਕ ਸਾਮਰਾਜ ਸੀ ਅਤੇ ਉਹਦਾ ਸੰਚਾਰਕ ਸੀ ਗੁਰਮੀਤ ਰਾਮ ਰਹੀਮ ਸਿੰਘ। ਗੁਰਮੀਤ ਰਾਮ ਰਹੀਮ ਸਿੰਘ ਬਹੁਤ ਸਾਰੇ ਕੇਸਾਂ ਦੇ ਵਿੱਚ ਅੱਜ ਕੱਲ੍ਹ ਸੁਨਾਰੀਆ ਜੇਲ੍ਹ 'ਚ ਬੰਦ ਹੈ ਅਤੇ 18 ਤਰੀਕ ਨੂੰ ਉਹਨਾਂ ਦੇ ਖਿਲਾਫ ਉਹਨਾਂ ਦੇ ਡੇਰੇ ਦੇ ਹੀ ਇੱਕ ਮੈਨੇਜਰ ਰਣਜੀਤ ਸਿੰਘ ਹੋਰਾਂ ਦੇ ਕਤਲ ਦੇ ਬਾਰੇ ਫੈਸਲਾ ਆਉਣਾ ਹੈ 18 ਤਰੀਕ। ਸੋ ਇਹ ਘਟਨਾਕ੍ਰਮ ਕਿਵੇਂ ਹੋਇਆ, ਕੌਣ ਲੋਕ ਸੀ ਜਿਨ੍ਹਾਂ ਨੇ ਆਪਣੀ ਜਾਨ ਤੜੀ 'ਤੇ ਰੱਖ ਕੇ ਉਹਦੇ ਸਾਮਰਾਜ ਦੇ ਖਿਲਾਫ ਲੜਾਈ ਲੜੀ, ਗਵਾਹੀਆਂ ਦਿੱਤੀਆਂ, ਉਹ ਚਿੱਠੀਆਂ ਫੋਟੋਸਟੇਟ ਕਰਵਾ ਕਰਵਾ ਕੇ ਵੰਡੀਆਂ। ਅੱਜ ਤੁਹਾਨੂੰ ਇੱਕ ਇਹੋ ਜਿਹੇ ਸ਼ਖਸ ਦੇ ਨਾਲ ਅਸੀਂ ਮਿਲਾਉਣ ਜਾ ਰਹੇ ਹਾਂ ਜਿਹਦਾ ਨਾਮ ਹੈ ਬਲਵੰਤ ਸਿੰਘ, ਲੈਕਚਰਾਰ ਬਲਵੰਤ ਸਿੰਘ। ਉਹ ਤਰਕਸ਼ੀਲ ਸੁਸਾਇਟੀ ਨਾਲ ਵੀ ਸੰਬੰਧਿਤ ਨੇ ਜਿਨ੍ਹਾਂ ਦਾ ਪਿਛਲੇ ਦਿਨੀ ਸਨਮਾਨ ਕੀਤਾ ਗਿਆ ਸੀ ਅਤੇ ਉਹਨਾਂ ਦੀ ਜ਼ੁਬਾਨੀ ਇਸ ਡੇਰੇ ਦੇ ਖਿਲਾਫ ਇੱਕ ਲੜਾਈ ਦੀ ਕਹਾਣੀ ਸੁਣਦੇ ਹਾਂ। ਅੱਜ ਦਾ ਜਿਹੜਾ ਪਹਿਲਾ ਸੈਸ਼ਨ ਹੈ ਉਹ ਅਸੀਂ ਸਨਮਾਨ ਦੀ ਰਸਮ ਹੈ, ਇਸ ਰਸਮ ਦੇ ਵਿੱਚ ਬਲਵੰਤ ਜੀ ਬਾਰੇ, ਉਹਨਾਂ ਦੀ ਕੰਟਰੀਬਿਊਸ਼ਨ ਬਾਰੇ, ਉਹਨਾਂ ਦੀ ਸ਼ਖਸੀਅਤ ਬਾਰੇ ਵੈਸੇ ਬਹੁਤ ਕੁਛ ਕਿਹਾ ਜਾ ਸਕਦਾ ਹੈ। ਜਿਸ ਅੱਗ ਦੇ ਵਿੱਚ ਹੀ ਉਹ ਲੰਘੇ ਨੇ ਬੜੀਆਂ ਗੱਲਾਂ ਹੋ ਸਕਦੀਆਂ ਨੇ। ਮੇਰੇ ਖਿਆਲ ਆ ਵੀ ਮੈਂ ਬਤੌਰ ਥੀਏਟਰ ਐਕਟਿਵਿਸਟ ਉਹਨਾਂ ਦੇ ਨਾਲ ਪਿਛਲੇ 25-30 ਸਾਲ ਤੋਂ ਵੱਧ ਸਮਾਂ ਤੋਂ ਜੁੜਿਆ ਹੋਊਂਗਾ। ਰਾਜਾ ਰਾਮ ਜੀ ਆਏ ਨੇ, ਅਸੀਂ ਉਹਨਾਂ ਨੂੰ ਵਿਜੀਆ ਕਹਿੰਦੇ ਹਾਂ। ਅਸੀਂ ਇਹ ਸਾਰੇ ਲੋਕਾਂ ਦੀ ਇੱਕ ਸੋਚ ਅਤੇ ਲਹਿਰ ਹੈ ਜਿਨ੍ਹਾਂ ਨੇ ਵੱਡੇ ਵੱਡੇ ਜਿਹੜੇ ਨੇ ਪਿੱਪਲ ਪੱਟੇ ਹੈ। ਰਾਮਸਵਰ ਲੱਖੇਵਾੜੀ ਜੀ ਬਲਵੰਤ ਸਿੰਘ ਜੀ ਨੂੰ, ਲੈਕਚਰਾਰ ਬਲਵੰਤ ਸਿੰਘ ਜੀ ਨੂੰ ਦਿੱਤੇ ਜਾਣ ਵਾਲਾ ਸਨਮਾਨ ਪੱਤਰ ਤੁਹਾਡੇ ਸਾਹਮਣੇ ਪੜ੍ਹ ਰਹੇ ਨੇ। ਤੁਸੀਂ ਵੀ ਉਹਨਾਂ ਸਾਰੇ ਸ਼ਬਦਾਂ ਨੂੰ, ਕਿਉਂਕਿ ਉਹਨਾਂ ਦੇ ਵਿੱਚ ਸਾਡੀ ਭਾਵਨਾ ਹੈ, ਧਿਆਨ ਦੇ ਨਾਲ ਸੁਣਨਾ। ਭਾਵੇਂ ਦੂਰ ਅਜੇ ਸਵੇਰਾ, ਮੰਜ਼ਲ ਵਾਟ ਉਖੇਰੀ, ਭਾਵੇਂ ਦੂਰ ਅਜੇ ਸਵੇਰਾ, ਮੰਜ਼ਲ ਵਾਟ ਉਖੇਰੀ, ਚਾਨਣ ਦੀ ਲੱਪ ਵੜਦੇ ਜਾਣਾ, ਭਰ ਪਰਵਾਸ ਉਚੇਰੀ, ਚਾਨਣ ਦੀ ਲੱਪ ਵੜਦੇ ਜਾਣਾ, ਭਰ ਪਰਵਾਸ ਉਚੇਰੀ। ਕ੍ਰਿਸ਼ਨ ਬਰਗਾੜੀ ਯਾਦਗਾਰੀ ਅਵਾਰਡ 2019। ਤਰਕਸ਼ੀ ਲਹਿਰ ਦੇ ਮਰਹੂਮ ਨਾਇਕ ਕ੍ਰਿਸ਼ਨ ਬਰਗਾੜੀ ਦੀ ਸਦੀਵੀ ਵਿਦਾਇਗੀ ਦੇ 17ਵੇਂ ਵਰੇ ਉਹਨਾਂ ਦੀ ਯਾਦ ਵਿੱਚ ਦਿੱਤਾ ਜਾਣ ਵਾਲਾ ਇਹ ਅਵਾਰਡ ਲਹਿਰ ਦੀ ਵਿਰਾਸਤ ਨੂੰ ਅੱਗੇ ਲਿਜਾਣ ਵਾਲੇ ਲੈਕਚਰਾਰ ਬਲਵੰਤ ਸਿੰਘ ਦੇ ਨਾਂ ਕਰ ਰਹੇ ਹਾਂ, ਜਿਹੜੇ ਤਰਕਸ਼ੀਲ ਸੋਸਾਇਟੀ ਹਰਿਆਣਾ ਦੁਆਰਾ ਪ੍ਰਕਾਸ਼ਿਤ ਹਿੰਦੀ ਮੈਗਜ਼ੀਨ ਤਰਕਸ਼ੀਲ ਪੱਥ ਦੇ ਸੰਪਾਦਕ ਹਨ। ਆਪ ਨੂੰ ਹਰਿਆਣਾ ਖੇਤਰ ਵਿੱਚ ਤਰਕਸ਼ੀਲ ਸੋਸਾਇਟੀ ਦੇ ਸੂਬਾਈ ਮੁਖੀ ਵਜੋਂ ਅਗਿਆਨਤਾ ਤੇ ਅੰਧ ਵਿਸ਼ਵਾਸਾਂ ਦੇ ਹਨੇਰੇ ਖਿਲਾਫ ਲਗਾਤਾਰ ਲਹਿਰ ਦੀ ਅਗਵਾਈ ਕਰਨ ਦਾ ਮਾਣ ਵੀ ਹਾਸਲ ਹੈ। ਆਪ ਇਸ ਖੇਤਰ ਵਿੱਚ ਮਾਨਸਿਕ ਰੋਗੀਆਂ ਦਾ ਰਾਹ ਦਰਸਾਵਾ ਬਣਨ ਲਈ ਮਾਨਸਿਕ ਮਸ਼ਵਰਾ ਕੇਂਦਰਾਂ ਦੇ ਸੰਸਥਾਪਕ ਹਨ। ਤਰਕਸ਼ੀਲਤਾ ਦਾ ਪ੍ਰਚਾਰ ਕਰਦਿਆਂ ਪੰਜਾਬ ਦੇ ਕਾਲੇ ਦੌਰ ਵਿੱਚ ਧਮਕੀਆਂ ਨੂੰ ਉਹਨਾਂ ਸਿਦਕ ਦਿਲੀ ਨਾਲ ਝੇਲਿਆ। ਆਪਣੀ ਜਾਨ ਤਲੀ 'ਤੇ ਰੱਖਦਿਆਂ ਡੇਰਾ ਸਿਰਸਾ ਵਿਰੁੱਧ ਕਾਨੂੰਨੀ ਲੜਾਈ ਵਿੱਚ ਮਸਾਲੀ ਰੋਲ ਅਦਾ ਕੀਤਾ। ਡੇਢ ਦਹਾਕਾ ਚੱਲੇ ਸਾਧਵੀ ਡੇਰਾ ਸਿਰਸਾ ਕੇਸ ਅਤੇ ਰਣਜੀਤ ਸਿੰਘ ਕਤਲਕਾਂਡ ਵਿੱਚ ਡੇਰੇ ਖਿਲਾਫ ਗਵਾਹ ਵਜੋਂ ਡਟੇ ਰਹੇ, ਅੱਜ ਵੀ ਸਿਦਕ ਦਿਲੀ ਨਾਲ ਸੱਚ ਅਤੇ ਤਰਕਸ਼ੀਲਤਾ ਉੱਪਰ ਸਿਦਕਵਾਨ ਸਿਪਾਹੀ ਵਜੋਂ ਤਾਇਨਾਤ ਹਨ। ਨੌਕਰੀ ਤੋਂ ਸੇਵਾ ਮੁਕਤੀ ਉਪਰੰਤ ਆਪ ਤਰਕਸ਼ੀਲ ਚੇਤਨਾ ਦੀ ਮਿਸਾਲ ਲੈ ਕੇ ਕਾਫਲੇ ਦੀ ਅਗਵਾਈ ਕਰ ਰਹੇ ਹਨ। ਲਹਿਰ ਲਈ ਕੀਤੇ ਮਹੱਤਵਪੂਰਨ ਕਾਰਜਾਂ ਦੇ ਨਾਲ ਨਾਲ ਆਪ ਨੇ ਵੱਖ ਵੱਖ ਵਿਸ਼ਿਆਂ 'ਤੇ ਤਰਕਸ਼ੀਲ ਲੇਖ ਲਿਖ ਕੇ ਮੋਹਰੀ ਰੋਲ ਨਿਭਾਇਆ ਹੈ। ਵੱਖ ਵੱਖ ਵਿਸ਼ਿਆਂ 'ਤੇ ਲਿਖੇ ਤਰਕਸ਼ੀਲ ਲੇਖਾਂ ਦੀਆਂ 2 ਪੁਸਤਕਾਂ ਛਪਾਈ ਅਧੀਨ ਹਨ।
ਖੌਤੀ ਬਾਬਿਆਂ ਵੱਲੋਂ ਉਹਨਾਂ ਦਾ ਰਸਤਾ ਰੋਕਣ ਲਈ ਅਦਾਲਤਾਂ ਵਿੱਚ ਕੀਤੇ ਮਾਣ ਹਾਨੀ ਦੇ ਅਨੇਕਾਂ ਕੇਸ ਉਹਨਾਂ ਦੇ ਹਨੇਰੇ ਖਿਲਾਫ ਕੀਤੇ ਸੰਘਰਸ਼ ਦੇ ਗਵਾਹ ਹਨ। ਅਜਿਹੀ ਸ਼ਖਸੀਅਤ ਦੇ ਮਾਲਕ ਲੈਕਚਰਾਰ ਬਲਵੰਤ ਸਿੰਘ ਦੀ ਜੀਵਨ ਘਾਲਣਾ ਤੇ ਭਰਮ ਮੁਕਤ ਚੰਗੇਰੇ ਸਮਾਜ ਲਈ ਜੁਟਾਏ ਯਤਨਾਂ ਨੂੰ ਸਲਾਮ ਕਰਦੇ ਹੋਏ ਅੱਜ 17 ਫਰਵਰੀ 2019 ਨੂੰ ਕ੍ਰਿਸ਼ਨ ਬਰਗਾੜੀ ਐਵਾਰਡ 2019 ਪ੍ਰਦਾਨ ਕਰਦਿਆਂ ਅਸੀਂ ਅਥਾਹ ਖੁਸ਼ੀ ਤੇ ਮਾਣ ਮਹਿਸੂਸ ਕਰਦੇ ਹਾਂ। ਆਸ ਕਰਦੇ ਹਾਂ ਕਿ ਸਾਡਾ ਇਹ ਸਾਥੀ ਸੁਨੇਹੀ ਤਰਕਸ਼ੀਲ ਕਾਫਲੇ ਦੇ ਅੰਗ ਸੰਗ ਵਿਗਿਆਨਕ ਚੇਤਨਾ ਦੇ ਪ੍ਰਚਾਰ ਪ੍ਰਸਾਰ ਵਿੱਚ ਮੋਹਰੀ ਭੂਮਿਕਾ ਨਿਭਾਉਂਦਾ ਰਹੇਗਾ। ਸੂਬਾ ਕਮੇਟੀ ਤਰਕਸ਼ੀਲ ਸਿਟੀ ਪੰਜਾਬ। ਇਹ ਸਨਮਾਨ ਪੱਤਰ ਭੇਟ ਕਰਨ ਲਈ ਮੈਂ ਬੇਨਤੀ ਕਰੂੰਗਾ ਤਰਕਸ਼ੀਲ ਸੁਸਾਇਟੀ ਦੀ ਸਾਰੀ ਸੂਬਾ ਕਮੇਟੀ ਨੂੰ, ਜਿੰਨੇ ਵੀ ਸਾਡੇ ਆਗੂ ਇੱਥੇ ਪਹੁੰਚੇ ਨੇ, ਦਸ ਹੀ ਆ ਪਰ ਚਲੋ ਜਿਹੜੇ ਵੀ ਹੈ, ਅਸੀਂ ਜੇ ਕੋਈ ਨਹੀਂ ਆਇਆ ਤੇ ਕੋਈ ਗੱਲ ਨਹੀਂ, ਉਹਨਾਂ ਨੂੰ ਅਸੀਂ ਸਤਿਕਾਰ ਦੇਣਾ ਹੈ। ਹਾਂਜੀ ਜਿਸ ਸਮਾਜ ਦੀ ਸਿਰਜਣਾ ਸਾਡੀ ਕਲਪਨਾ ਹੈ, ਸ਼ਹੀਦ ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ, ਉਹ ਸਮਾਜ ਬਣਾਉਣ ਦੇ ਵਿੱਚ ਅਸੀਂ ਸ਼ੁਰੂਆਤੀ ਕੋਸ਼ਿਸ਼ਾਂ ਕਰ ਰਹੇ ਹਾਂ, ਪਰੰਤੂ ਅਜੇ ਉਹ ਸਾਡੀਆਂ ਕੋਸ਼ਿਸ਼ਾਂ ਸਿਰੇ ਚੜ੍ਹਦੀਆਂ ਦਿਖਦੀਆਂ ਨੇ। ਤੋ ਇੱਥੇ ਇਹ ਸੋਚ ਕੇ ਕਿਤੇ ਸ਼ਹੀਦ ਆਜ਼ਮ ਭਗਤ ਸਿੰਘ ਵੀ ਸਾਡੇ ਵਰਗੇ ਇਨਸਾਨ ਸਨ, ਉਹਨਾਂ ਦੀ ਸੋਚਣ ਸ਼ਕਤੀ ਸੰਗਠਨ ਸ਼ਕਤੀ ਇੰਨੀ ਵਿਸ਼ਾਲ ਸੀ ਕਿ ਉਹ ਥੋੜ੍ਹੀ ਉਮਰ ਦੇ ਵਿੱਚ ਬਹੁਤ ਕੁਝ ਕਰ ਗਏ, ਬਹੁਤ ਕੁਝ ਕਹਿ ਗਏ ਔਰ ਯੋਗ ਅਗਵਾਈ ਦੇ ਗਏ। ਅਸੀਂ ਉਹਨਾਂ ਦੇ ਪੂਰਨਿਆਂ 'ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਅਜੇ ਬਹੁਤ ਪਿੱਛੇ। ਉਸੇ ਤਰ੍ਹਾਂ ਕ੍ਰਿਸ਼ਨ ਬਰਗਾੜੀ ਜੀ ਪੰਜਾਬ ਤਰਕਸ਼ੀਲ ਸੁਸਾਇਟੀ ਨੂੰ ਯੋਗ ਅਗਵਾਈ ਦਿੰਦੇ ਰਹੇ ਔਰ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਕੰਮ ਕਰ ਦਿੱਤੇ, ਜਿਹੜੇ ਕਿ ਅਸੀਂ ਇੱਕ ਲੰਮਾ ਸਮਾਂ ਸੁਸਾਇਟੀ 'ਚ ਕੰਮ ਕਰਕੇ ਅਜੇ ਉੱਥੋਂ ਤੱਕ ਨਹੀਂ ਪਹੁੰਚ ਸਕੇ। ਮੈਨੂੰ ਮਾਣ ਹੈ ਸਾਥੀਆਂ 'ਤੇ ਕਿ ਤੁਸੀਂ ਇੰਨਾ ਸਨਮਾਨ ਬਖਸ਼ਿਆ, ਇੰਨਾ ਮਾਣ ਬਖਸ਼ਿਆ। ਬਸ ਮੈਂ ਇਸ ਮੌਕੇ 'ਤੇ ਇਹੀ ਕਹਾਂਗਾ ਕਿ ਜੋ ਮਾਣ ਔਰ ਸਨਮਾਨ ਤੁਸੀਂ ਬਖਸ਼ਿਆ, ਉਸ ਸਨਮਾਨ ਨੂੰ ਪੂਰੇ ਭਾਰਤ ਵਿੱਚ ਫੈਲਾ ਸਕੀਏ, ਆਪਣੀ ਸੋਚ ਨੂੰ ਵਿਗਿਆਨਕ ਸੋਚ ਨੂੰ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵੱਧ ਸਕੀਏ, ਇਹ ਕੋਸ਼ਿਸ਼ਾਂ ਰਹਿਣਗੀਆਂ। ਬਾਕੀ ਇੱਕ ਗੱਲ ਕਿ ਸੌਖੀ ਅਤੇ ਸਾਵੇਂ ਪੱਧਰੀ ਜ਼ਿੰਦਗੀ ਕਦੀ ਵੀ ਨਹੀਂ ਬਿਤਾਈ ਜਾ ਸਕਦੀ। ਜੇਕਰ ਔਕੜਾਂ ਆਉਣਗੀਆਂ, ਉਹਦੇ ਵਿੱਚੋਂ ਨਿਖਰ ਕੇ ਹੀ ਇਨਸਾਨ ਸਹੀ, ਜਿਵੇਂ ਸੋਨਾ ਕੁਠਾੜੀ 'ਚ ਘੜ ਕੇ ਹੀ ਕੁੰਦਨ ਬਣਦਾ, ਵਧੀਆ ਬਣਦਾ, ਆਪਣੀ ਚਮਕ ਦਿੰਦਾ,
ਉਸੇ ਤਰ੍ਹਾਂ ਇਨਸਾਨ ਜੇ ਫੁੱਲਾਂ ਦੀਆਂ ਸੇਜਾਂ 'ਤੇ ਸੌਂਦਾ ਰਹੇਗਾ ਤਾਂ ਉਹ ਸਮਾਜ ਨੂੰ ਸਹੀ ਦਿਸ਼ਾ ਨਹੀਂ ਦੇ ਸਕਦਾ। ਜੇ ਕਸ਼ਟ ਝੱਲਾਂਗੇ, ਮੁਕਾਬਲਾ ਕਰਾਂਗੇ ਔਕੜਾਂ ਦਾ ਔਰ ਸਮਾਜ ਦੇ ਦੱਬੇ ਕੁਚਲੇ ਲਤਾੜੇ ਲੋਕਾਂ ਦੇ ਨਾਲ ਮੋਢਾ ਜੋੜ ਕੇ ਅੱਗੇ ਵਧਾਵਾਂਗੇ, ਉਹਨਾਂ ਨੂੰ ਯੋਗ ਅਗਵਾਈ ਦੇਵਾਂਗੇ, ਤਾਂ ਹੀ ਸਮਾਜ ਦੇ ਇਤਿਹਾਸ ਵਿੱਚ ਕੁਛ ਥੋੜ੍ਹਾ ਬਹੁਤ ਨਾਂ ਰਹਿ ਸਕਦਾ। ਅਤੇ ਅਸੀਂ ਅਜੇ ਹਰਿਆਣੇ ਦੇ ਤੌਰ 'ਤੇ ਹਰਿਆਣੇ ਵਿੱਚ ਸੁਸਾਇਟੀ ਦਾ ਜਿਹੜਾ ਕੰਮ ਹੈ, ਮੈਂ ਸਮਝਦਾ ਕਿ ਅਜੇ ਬਹੁਤ ਘੱਟ ਹੈ ਪੰਜਾਬ ਦੇ ਬਨਸਪਤ। ਉਹਦਾ ਕਾਰਨ ਇੱਕ ਇਹ ਵੀ ਹੈ ਕਿ ਹਰਿਆਣਾ ਦੀ ਜਿਹੜੀ ਪ੍ਰਿਸ਼ਠ ਭੂਮੀ ਹੈ ਉਸ ਵਿੱਚ ਜੇਕਰ ਆਜ਼ਾਦੀ ਅੰਦੋਲਨ ਦਾ ਆਪਾਂ ਇਤਿਹਾਸ ਖੋਲ੍ਹਦੇ ਹਾਂ ਤਾਂ ਦੇਖਦੇ ਹਾਂ ਕਿ ਆਜ਼ਾਦੀ ਅੰਦੋਲਨ ਦੇ ਵਿੱਚ ਹਰਿਆਣਾ ਦਾ ਬਿਲਕੁਲ ਮਾਮੂਲੀ ਜਿਹਾ ਯੋਗਦਾਨ ਮਿਲਦਾ ਹੈ। ਜ਼ਿਆਦਾਤਰ ਜੇ ਹਰਿਆਣਾ ਦੇ ਵਿੱਚ ਕੋਈ ਆਜ਼ਾਦੀ ਅੰਦੋਲਨ ਅੰਗਰੇਜ਼ਾਂ ਦੇ ਸਮੇਂ 'ਚ ਕੋਈ ਮਹਾਨ ਸ਼ਖਸੀਅਤ ਮੰਨੀ ਜਾਂਦੀ ਹੈ ਜਿਹਨੂੰ ਅੱਜ ਵੀ ਹਰਿਆਣੇ ਵਾਲੇ ਬਹੁਤ ਮਾਣ ਦਿੰਦੇ ਆ ਤਾਂ ਉਹ ਸਰ ਛੋਟੂ ਰਾਮ। ਸਰ ਉਪਾਧੀ ਕਿਹਨੇ ਦਿੱਤੀ? ਅੰਗਰੇਜ਼ਾਂ, ਕਿਉਂਕਿ ਉਹ ਅੰਗਰੇਜ਼ਾਂ ਦੀ ਜੇਕਰ ਸਿੱਧਾ ਆਪਾਂ ਪੰਜਾਬੀ 'ਚ ਕਹਿ ਸਕੀਏ ਤਾਂ ਜੀ ਹਜ਼ੂਰੀ ਕਰਕੇ ਕੁਝ ਸਹੂਲਤਾਂ ਕਿਸਾਨਾਂ ਨੂੰ ਦਿਵਾ ਗਏ ਸੀ। ਬਾਕੀ ਜੋ ਕ੍ਰਾਂਤੀਕਾਰੀ ਗਤੀਵਿਧੀਆਂ ਪੰਜਾਬ ਵਿੱਚ ਚੱਲੀਆਂ, ਪੰਜਾਬ ਦੇ ਲੋਕਾਂ ਨੇ ਜੋ ਆਜ਼ਾਦੀ ਅੰਦੋਲਨ ਦੇ ਵਿੱਚ ਵੀ ਕਰਕੇ ਦਿਖਾਇਆ, ਹਰਿਆਣਾ ਵਿੱਚ ਐਸਾ ਕੁਛ ਨਹੀਂ। ਮੈਂ ਇੱਕ ਗੱਲ ਕਿਹਾ ਕਰਦਾ ਕਿ ਹਰਿਆਣਾ ਦੀ ਧਰਤੀ ਜਿਹੜੀ ਹੈ ਉੱਥੋਂ ਦੇ ਜਿਹੜੇ ਸਥਾਨਕ ਲੋਕ ਹੈ ਉਹਨਾਂ ਦੀ ਸੋਚ ਅਜੇ ਬਹੁਤ ਪਛੜੀ, ਉਹਨਾਂ ਨੂੰ ਅਜੇ ਬਹੁਤ ਅੱਗੇ ਵਧਾਉਣ ਵਾਸਤੇ ਬਹੁਤ ਚੰਡਣ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਬੰਜਰ ਧਰਤੀ 'ਤੇ ਲਹਿਰਾਉਂਦੀ ਫਸਲ ਪੈਦਾ ਕਰਨ ਵਾਸਤੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਉਸੇ ਤਰ੍ਹਾਂ ਉਸ ਧਰਤੀ 'ਤੇ ਕੰਮ ਕਰਦਿਆਂ ਸਾਨੂੰ ਵੀ ਉਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਹ ਮਾਨ ਸਨਮਾਨ ਜੋ ਤੁਸੀਂ ਬਖਸ਼ਿਆ ਇਹ ਇਕੱਲਾ ਮੈਨੂੰ ਨਹੀਂ, ਮੈਂ ਸਮਝਦਾ ਕਿ ਪੂਰੀ ਤਰਕਸ਼ੀਲ ਸੁਸਾਇਟੀ ਹਰਿਆਣਾ ਦਾ ਮਾਨ ਸਨਮਾਨ ਹੈ ਔਰ ਇਸ ਮਾਨ ਸਨਮਾਨ ਹੋਰ ਜੋਸ਼ ਨਾਲ ਅੱਗੇ ਵਧੇਗੀ ਔਰ ਆਉਣ ਵਾਲੇ ਸਮੇਂ 'ਚ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਇਸ ਦੇਸ਼ ਵਿੱਚ ਵੀ ਕਾਇਮ ਕਰ ਸਕਾਂਗੇ। ਇਸੇ ਕੋਸ਼ਿਸ਼ ਦੇ ਵਿੱਚ ਇਸੇ ਸਾਡੀ ਪੂਰੀ ਤਨਦੇਹੀ ਨਾਲ ਵਿੱਚ ਲੱਗੇ ਰਹਾਂਗੇ। ਅਸੀਂ ਉਸ ਚਿੱਠੀ ਨੂੰ ਐਂ ਨਹੀਂ ਕਿ ਵਿਸ਼ਾਲ ਸਤਰ 'ਤੇ ਵੰਡਿਆ, ਬਸ ਦੋ ਚਾਰ ਕਾਪੀਆਂ ਅਸੀਂ ਲੋਕਾਂ ਦੇ ਵਿੱਚ ਦੇ ਦਿੱਤੀਆਂ, ਉਹਨਾਂ ਤੋਂ ਹੀ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਅੱਗੇ ਤੋਂ ਅੱਗੇ ਫੁੱਡ ਸਟੇਟ ਹੁੰਦੀ ਵੱਧਦੀ ਗਈ ਔਰ ਜਿਸ ਦਾ ਨਤੀਜਾ ਆਪਾਂ ਦੇਖਦੇ ਹਾਂ ਕਿ ਅਸੀਂ ਤਾਂ ਝੱਲਿਆ ਹੈ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਉਦੋਂ ਅਖਬਾਰਾਂ ਦੇ ਵਿੱਚ ਦੇਖਦੇ ਸੀ ਕਿ ਬਈ ਮੀਟਿੰਗਾਂ ਜਿੱਥੇ ਹੋ ਰਹੀਆਂ ਮੀਟਿੰਗਾਂ ਦੇ ਵਿੱਚ ਵੀ ਉਹਨਾਂ ਗੁੰਡਿਆਂ ਨੇ ਹਮਲੇ ਕੀਤੇ ਔਰ ਮਾਰਕਟਾਈਆਂ ਕੀਤੀਆਂ, ਫੋਟੋ ਸਟੇਟਾਂ ਦੀਆਂ ਦੁਕਾਨਾਂ ਤੱਕ ਨੂੰ ਉਹਨਾਂ ਨੇ ਤੋੜ ਫੋੜ ਕੀਤੀ ਸਾਰੇ। ਐਸੇ ਆਤੰਕ ਦਾ ਸਾਹਮਣਾ ਕਰਨਾ ਵਾਕਿਆ ਹੀ ਕੋਈ ਖਾਲਾ ਜੀ ਦਾ ਵੜਾ ਨਹੀਂ ਸੀ, ਕਿਉਂਕਿ ਪੂਰਾ ਸਮਾਜ ਜਿੰਨੇ ਵੀ ਹਿਤੈਸ਼ੀ ਆਪਣੇ ਪਰਿਵਾਰ ਵਾਲੇ ਵੀ ਬਸ ਸਿਰਫ ਇੱਕ ਗੱਲ ਕਹਿੰਦੇ ਸੀ, ਉਹ ਇਹ ਮੰਨਦੇ ਸੀ ਕਿ ਵੀ ਮੈਂ ਮਤਲਬ ਜੋ ਵੀ ਕੰਮ ਕਰ ਰਿਹਾ ਬਿਲਕੁਲ ਸਹੀ ਕਰ ਰਿਹਾ, ਸਮਾਜ ਦੀ ਭਲਾਈ ਵਾਸਤੇ ਕਰ ਰਿਹਾ, ਪਰ ਮਨ ਦੇ ਵਿੱਚ ਇੱਕ ਡਰ ਕਿ ਵੀ ਜੇ ਤੁਹਾਨੂੰ ਕੁਛ ਹੋ ਗਿਆ ਫਿਰ। ਤਾਂ ਮੈਂ ਇੱਕ ਹੀ ਸਵਾਲ ਉਹਨਾਂ ਦੇ ਸਾਹਮਣੇ ਕਰ ਦਿਆ ਕਰਦਾ ਸਰ ਕਿ ਵੀ ਹਮੇਸ਼ਾ ਜਿਉਂਦਾ ਤਾਂ ਕਿਸੇ ਨੇ ਵੀ ਨਹੀਂ ਰਹਿਣਾ, ਜੇਕਰ ਆਪਾਂ ਸਮੇਂ ਦੇ ਸਾਹਨਾਂ ਤੋਂ ਡਰ ਕੇ ਚੁੱਪ ਰਹਿ ਗਏ ਤਾਂ ਇਤਿਹਾਸ ਕਦੀ ਮਾਫ ਨਹੀਂ ਕਰੇਗਾ। ਬਸ ਇੱਕ ਹੀ ਗੱਲ ਮੈਂ ਕਹਿ ਕੇ ਉਹਨਾਂ ਨੂੰ ਚੁੱਪ ਕਰਾ ਦਿੰਦਾ ਸੀ
कि भाई वैसे शायद मैं अपनी मैं क्योंकि उस आतंक के दौर दे विच एक दिन भी ना तो स्कूलों मैं गहरा चल रहा ना ही अपनी जिम्मेवारियां तो पिछे हटिया ना ही अजिहे मनोरोगी केसां दे विच मैं मतलब बहुत वड्डा दावा था नहीं परंतु जिवें कृष्ण बरदारी जी की आटोबायोग्राफी है ना उन्होंने जीवनी कई किताबा आई हैं सारिया पढ़िया है। मिले भी हैं इकट्ठे काम भी किया पर ज्यादा एक दो मीटिंगा दे विच मिले हैं तो उन्होंने थोड़े समय दे विच बहुत वड्डा काम किया उन्होंने बारे भी यही गल सी कि जिस केस नूं उन्होंने डील किया 100% हल की तो थोड़े समय मैं भी हुण तक शायद लखां केस हल कर और कोई भी ऐसा केस जिस नूं मैं हाथ पाया वो सिरे चढ़ाया पूरी तरह उसकी तफ्तीश करके उन्हें उसके अंजाम तक पहुंचा तो वो काम जो उन्होंने बहुत थोड़े समय च किया असी कर रहे हैं परंतु लंबे समय तक सानू बहुत लंबा समा मिलेगा तो अपने घर वालों जो मैं ये कह के कि भाई हमेशा तो कोई नहीं रहता जेकर तुसी मेरे ते दबाव पाओ मैं चुप करके घर बह गया तो मेरी जमीर ने मैंने जिंदा नहीं रहना दिया जमीर मर गई तो मैं जिंदा भी किसी काम का नहीं ते जे मैं मर गया तो इतिहास मैं पढ़ा नहीं सके तो उन्होंने घर वालों ने सहमति दी और मैं अपनी जिम्मेवारियां भी निभा रहा स्कूल भी जाता रहा और जो भी केस मेरे को आता मैं हल भी करता रहा बस सिर्फ इन्ना सी कि चौकसी सी कि जेकर मैं मेरे को केस आता है मैं करनाल में जाना तो मैं घर वालों भी यह कह दिता कि करनाल नहीं मैं अंबाले चले क्योंकि उदो लैंडलाइन फोन होंगे सी मोबाइल नहीं सी ते कोई फोन करके मेरी सूह लवे कि भाई घर वाले सुभावक कह दें भी वह करनाल में गया तो वो रस्ते च नाका ला के बह जा ते इस करके मैं अपनी चौकसी करता रहा मेरा जो स्कूल सी उस स्कूल नू तीन चार रस्ते लग गए उन्हां चों मैं कभी जांदा किसी रस्ते आउंदा किसी रस्ते और अपने नाल हमेशा एक दो साथी हमेशा मेरे नाल रहिंदे सी कट्ठे आउंदे कट्ठे जांदे और इन्हां गुंडियां नू उपरों हदायतां सी कि ब्लाइंड मर्डर करना कि वह मेरे कोल जदों मैं अपने फार्म ते खेतां च जमीन है जिथे उत्थे ही मैं अपना मनोरोग परामर्श केंद्र चलाउंदा उत्थे आए हो कई बार आए और हर बारी ये बहाना बना के कि असीं मरीज दिखाउणा है ते बाहर जे तां कोई साडा तफसील साथी खड़ा हुंदा वह कहिंदे कि नंबर लिखा दो जां सिद्धा मेरे कोल आउंदे ते मैं भी कह दिंदा भी नंबर लिखा दो वारी आ जाएगी तुहाडी और नहीं जल्दी असीं जल्दी च जबकि उन्हां कोल कोई मरीज हो नहीं सी हुंदा पहलां तां ऐ रैकी करदे उस तो बाद सीधा मैं धमकी भी दे के गए कि भाई उन्होंने को पिस्तौल भी सी कि भाई रणजीत ने तेन चिट्ठी दी है क्योंकि रणजीत मेरे पिंड का सरपंच का मैं तो तेनों रणजीत ने चिट्ठी दी है रणजीत का तो असं कदर करना तेरा भी करना क्योंकि तू सू बदनाम बहुत कर तो उस तो बाद मर्डर हो गया केस पुलिस को गया पुलिस को पुलिस क्योंकि वो बाप का किसी ना कोई दुश्मनी नहीं सी सत प्रणाम तक कोई सरपंच रहा बहुत वधिया इंसान से उसकी किसी ना दुश्मनी नहीं सी तो पुलिस ने कहा भी तेरे शक के तो उन्हें विरोधी जी पिंड की विरोधी पार्टी है वह क्योंकि इन्होंने नाल तो साडा विरोधता ही है और किसी ना उन्होंने उन्होंने जो उस समय सरपंच से उसके खिलाफ एफ आई आर दर्ज करा कर ली 8-10 दिन मार कुटाई की इंटरोगेट किया पर कुछ भी सच्चाई ना निकली उन्होंने छड़ता फिर उस दौरान तक रामचंद्र छत्रपति से हमला हो गया फिर पता लग्या कि भी ये सरसे वाले का काम तो उन्होंने पुलिस को पहुंच की कि भाई ये सानू शक है कि शक नहीं पूरा यकीन है कि सरसे वाले ने किया तो ये एफ आई आर साड़ी बदलो वो कहते भी ने ऐ नहीं बदल सकते एफ आई आर बदलने वास्ते कोई पक्का तुहानू सबूत
देना पड़ेगा, कोई ऐसा दुआ जिहड़ा केस नूं उधर मोड़ दे। फिर उस सरपंच ने मेरे नाल संपर्क किया, मैं गवाही देने वास्ते तैयार होया। वो केस क्राइम ब्रांच कोल गया, क्राइम ब्रांच ने अपनी इन्वेस्टिगेशन की थी, पर वो क्राइम ब्रांच भी पूरी तरह सरसे वाले के सामने झुकी हुई। मैं एक जिक्र करूंगा कि भाई एक बार क्राइम ब्रांच का हैड ऑफिस जो है हरियाणे च मधुबन करनाल के नाल मधुबन, मैनू एस पी ने बुलाया, पूरा दिन मेरे बयान नोट करते रहे। इंस्पैक्टर रौनकी राम ने बयान नोट किए, उस तो बाद एस पी ने अपने दफ्तर च बुलाया, घंटा लगभग मेरे नाल गलबात करता रहा। उन्हें एस पी ने भी सीधा कहा कि मास्टर जी नंबर तो आपका भी था, आप कैसे बच गए। मतलब एस पी ने सीधा कहा, मतलब भी मैं सिर्फ अपनी हुशियारी नाल मतलब कला नहीं लगती उन्होंने काबू आया, बस यही गल। मैं जो बाहर निकलिया शाम के 5 बजे से एस पी के दफ्तर तो बाहर निकलिया तो गेट से कार खड़ी नीले रंग की, जिदे उ कार जी मेरे डेरे से साढ़े फार्म हाउस से आई थी सड़क पर, जो मैं धमकी सीधी दे ओपन धमकी दे के गए और उही बंदे बैठे। तो मैं कह भी बंदे से शक्की है जड़ा गेटमैन से पुलिस वाला, उन्होंने मैं पूछा मैं भी ये कौन है, वो कहता जी सरसे वाले। मेरे दिमाग च उसे समय आ गया कि तो मतलब भी ये क्राइम ब्रांच वाले भी उन्होंने मिले हुए है, मिले हुए हो भी उन्होंने पता कि आपके खिलाफ गवाही देने वाला है। और मैं जो तो मैं मोटरसाइकिल से भी मैं मोटरसाइकिल से करनाल तो जी टी रोड से अपना पिकली आ रहे हैं तो पिछों टक्कर मार के पासे जा। तो मैं खुशियारी ये की कि मैं जी टी रोड से नहीं चढ़िया, लिंक रोड रही करनाल पहुंच गया। तो करनाल अपने दोस्तों को जो तरसील साथी से उन्हों को रात के 10 बजे तक मैं रहा, 10 बजे रात के मैं अपने घर वापस आया। एक घटना होर, जदों सैशन कोर्ट के मैं गवाही, क्योंकि बाकी उन्हें जोगिंदर सिंह ने या बाकी परिवार के जिन्हें उन्होंने गवाह दिए उन्होंने किसी ने गवाही नहीं दी, उन्हें सामने नहीं गए। तो मैं क्योंकि मेरे को जो सामना आ गया मैं मिले, मैं जोगिंदर सिंह गल करी कि भी मेरे को सामना आया तो इन्होंने सैशन कोर्ट के मेरी गवाही है। वह कहता भी ठीक है तुम दे दो। मैं जो गवाही दे गया उत्थे उही वो चारे बंदे मैं पछाने के फिर यही है बंदे जोड़े मेरे हमला करना आए थे। तो उदों एक दो फोन जो मेरे भी जानकार से, क्योंकि बहुत सारे डेरा प्रेमी जिन्हों के स्टू बच्चे मेरे स्टूडेंट ऐसे सी, बहुत डेरा प्रेमी ऐसे जिन्हों के घर के मसले मैं हल किए, इस करके वो सीधे सीधे मेरे तो हमला करते ही सी। परंतु ये कि मास्टर जी आप तो ऐसा कर नहीं सकते। तो उन्होंने एक मैं अलग ले गया, कह लगा मास्टर जी आप थोड़े ना गल कर नहीं सुनता, ये साडा सरसे तो आया प्रेमी है ते उत्थों आया तो थोड़े ना गल करनी चाहता। मैं बोलो भाई, वो कह लगा मास्टर जी आप हम आपको ब्लैंक चेक दे देते हैं, आप जितना मर्जी पैसा भर लो पर गवाही ना लो। मैं उन्होंने कहा भी देख गल सुन, ना तो मैं डरा ना मैं वीता ना मैं झुका, यह गल कि हो जाए। तो इस तरह मैं पहला सैशन कोर्ट गवाही दी, उस तो बाद इतने चंडीगढ़ CBI के हैडक्वार्टर से जो CBI को केस आ गया उत्थे तो कई गवाहियों के विचार मैं और राजा राम जी दोनों असी कट्ठे ही गए। उस तो बाद जदों SP ऑफिस अंबाला के CBI की विशेष अदालत लगती सी उत्थे भी गवाही दी, और उसका अंजाम है कि अपने समय का सां अज जेल के अंदर। धन्यवाद। तुसी एक संघर्ष से रूबरू हो बलवंत जी रानी, बलवंत होरां दी गल विच मैं इन्नी सोच करूंगा कि हरियाणे की धरती भी बहुत तरखेज है। हरियाणे की धरती उही है ना जिथे रामचंद्र छत्रपति उहदे गढ़ च बैठ के कहिंदा कि मैं तेरा विरोध करदा। बिल्कुल
वह धरती है जिथे राजा राम हड़िया मेरे ख्याल खड़े हो जाने तो बहुत मेहरबानी होगी साइड के बहुत ही पुराने आगू ने यह बलवंत होना रल के उतों की पूरी और जी सत्ता है उन्होंने चुनौती देंगे है तुसी सरसे वाला सारे ने देखे ना CBI की अदालत किवें जा रहा सीगा सरकार झुक झुक सलामा करती सी तो साढ़े बलवंत हो रही जाए लोग जा छत्रपति जा होर सोसाइटी के जो भी साढ़े वर्कर सीगे वो सरकार ने चुनौती दे रहे छोटी गल जिन्हों लगता हो मैं फलाने मुख्यमंत्री बना सकता ला सकता वो साम्राज में चुनौती देने वाले दिल गुरदे वाले लोग सूझवान लोग जे हरियाणे च पैदा हुए हैं तो मैं सोचता कि असी सारे हरियाणे को सलाम करिए उन्होंने नाते क्लैपिंग करिए बहुत सारे नाम असी नहीं जानते होना